ਇੱਕ ਪੁਲਿਸ ਅਫਸਰ ਦੀ ਡੀਪੀ ਲਗਾ ਕੇ ਅਤੇ ਉਹਨੇ ਕਾਲ ਕੀਤਾ ਕਿ ਵੀ ਤੁਹਾਡਾ ਬੱਚਾ ਫੜਿਆ ਗਿਆ ਹੈਗਾ ਅਤੇ ਉਹਨਾਂ ਨੂੰ ਜੇਕਰ ਬਚਾਉਣਾ ਹੈਗਾ ਤਾਂ ਤੁਸੀਂ ਇੰਨੇ ਪੈਸੇ ਅਕਾਊਂਟ 'ਚ ਟ੍ਰਾਂਸਫਰ ਕਰਾ ਦਿਓ। ਤੁਹਾਡਾ ਬ੍ਰਦਰ ਬਹੁਤ ਹੀ ਥ੍ਰੈਡ ਆ, ਬਹੁਤ ਹੀ ਰੋ ਰੋ ਕੇ ਪਰੇਸ਼ਾਨ ਹੈ ਕਿਉਂਕਿ ਪੁਲਿਸ ਨੇ ਟਾਰਚਰ ਕੀਤਾ ਤਿੰਨਾਂ ਨੂੰ, ਠੀਕ ਹੈ ਨਾ। ਪੇਰੈਂਟਸ ਦੇ ਪੈਨਿਕ ਨੂੰ ਫਾਇਦਾ ਉਠਾ ਕੇ ਉਹ ਤੁਹਾਨੂੰ ਈਵਨ ਫੋਨ ਰੱਖਣ ਨਹੀਂ ਦਿੰਦਾ ਹੈਗਾ, ਤੁਹਾਨੂੰ ਫੋਨ 'ਤੇ ਇੰਗੇਜ ਰੱਖਦਾ ਹੈਗਾ। ਜੇ ਅਗਰ ਤੁਸੀਂ ਗੱਲ ਪਬਲਿਕ ਕਰ ਦਿੱਤੀ ਤਾਂ ਫਿਰ ਗੱਲ ਮੀਡੀਆ ਦੇ ਉੱਤੇ ਆ ਜਾਣੀ ਹੈ। ਨਹੀਂ ਨਹੀਂ ਸਰ, ਮੈਨੂੰ ਸਰ ਮੈਂ ਤੁਹਾਡੀ ਬੇਨਤੀ ਕਰਦਾ ਜੀ, ਤੁਸੀਂ ਨਾ ਇਹਦਾ ਰੌਲਾ ਪਾਈਓ ਸਰ, ਸਾਡਾ ਤਾਂ ਸਾਰੀ ਬਦਨਾਮੀ ਬਹੁਤ ਹੋ ਜਾਣੀ ਸਰ। ਜੇ ਕੇਸ 'ਚ ਫਸਾ ਦਾਂਗੇ ਜਿੱਥੇ ਉਹ ਬਾਹਰ ਨਹੀਂ ਆਏਗਾ। ਅਗਰ ਅਸੀਂ FIR ਦੇ ਦਿੰਦੇ ਇਹਨਾਂ ਨੂੰ, ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋ ਜਾਏਗੀ ਔਰ ਤੁਹਾਡਾ ਪਰਿਵਾਰ ਬਲੈਕਲਿਸਟ ਹੋ ਜਾਏਗਾ, ਠੀਕ ਹੈ ਨਾ। ਸਰ ਹੜਬੜੀ 'ਚ ਜਲਦਬਾਜ਼ੀ 'ਚ ਇਸ ਤਰੀਕੇ ਦਾ ਕਦਮ ਉਠਾ ਲੈਂਦੇ ਜਿਹਦੇ 'ਚ ਉਹਨੂੰ ਪੈਸੇ ਟ੍ਰਾਂਸਫਰ ਕਰ ਦਿੰਦੇ ਹੈਗੇ। ਮੈਂ ਸਰਕਾਰ ਦਾ ਅਕਾਊਂਟ ਨੰਬਰ, ਖਾਤਾ ਨੰਬਰ ਦੇ ਦਿਆਂਗਾ, ਠੀਕ ਹੈ ਨਾ। ਯਾਰ ਪੈਸੇ ਦੀ ਗੱਲ ਨਹੀਂ, ਪੈਸੇ ਨਾ ਕਰੇਗਾ ਤਾਂ ਸਾਨੂੰ ਕੀ ਤਕਲੀਫ ਹੈ। ਬੀਤੇ ਕੁਝ ਦਿਨ ਪਹਿਲਾਂ PTC ਨਿਊਜ਼ ਨੇ ਇੱਕ ਅਜਿਹੀ ਵੀਡੀਓ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਬਣ ਕੇ ਕੁਝ ਵਿਅਕਤੀ ਫੋਨ ਕਰਦੇ ਹਨ ਅਤੇ ਉਹ ਡਰਾਉਂਦੇ ਹਨ ਕਿ ਤੁਹਾਡਾ ਭਰਾ ਫੜਿਆ ਗਿਆ ਹੈ ਅਤੇ ਜੇਕਰ ਉਸ ਨੂੰ ਛੁਡਵਾਉਣਾ ਹੈ ਤਾਂ ਇਸ ਅਕਾਊਂਟ ਦੇ ਵਿੱਚ ਜਲਦੀ ਪੈਸੇ ਪਾਓ। ਸੋ ਸਾਈਬਰ ਕ੍ਰਾਈਮ ਦੇ ਵਿੱਚ ਅਲੱਗ ਅਲੱਗ ਤਰੀਕੇ ਵਰਤੇ ਜਾ ਰਹੇ ਹਨ, ਠੱਗੀਆਂ ਦੇ ਅਲੱਗ ਅਲੱਗ ਤਰੀਕੇ। ਸੋ ਸਾਡੇ ਨਾਲ ਅੱਜ SSP ਸੁਰਿੰਦਰ ਲਾਂਬਾ, IPS ਮੌਜੂਦ ਨੇ, ਇਹਨਾਂ ਨਾਲ ਗੱਲ ਕਰਾਂਗੇ ਅਤੇ ਲੋਕਾਂ ਤੱਕ ਹੋਰ ਅਜਿਹੇ ਠੱਗੀਆਂ ਦੇ ਜਿਹੜੇ ਤਰੀਕੇ ਹਨ ਜਿਹੜੇ ਕਿ ਸਾਈਬਰ ਕ੍ਰਾਈਮ ਦੇ ਵਿੱਚ ਯੂਜ਼ ਕੀਤੇ ਜਾਂਦੇ ਹਨ, ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਹਨਾਂ ਨਾਲ ਗੱਲ ਕਰਾਂਗੇ। ਸਰ ਪਹਿਲਾਂ ਤਾਂ ਵੈਲਕਮ। ਸਰ ਦੂਸਰਾ, ਅੱਜ ਜਿਵੇਂ IT ਦਾ ਇੱਕ ਦੌਰ ਤੇਜ਼ੀ ਨਾਲ ਵੱਧ ਰਿਹਾ, ਉੱਥੇ ਸਾਈਬਰ ਕ੍ਰਾਈਮ ਵੀ ਇੱਕ ਵੱਡੀ ਵਿਵਸਥਾ ਬਣਦਾ ਜਾ ਰਿਹਾ। ਸਰ ਬੀਤੇ ਦਿਨੀ ਇੱਕ ਵੀਡੀਓ ਨਸ਼ਰ ਹੋਈ ਸੀ ਜਿਸ ਦੇ ਵਿੱਚ ਇੱਕ ਬੰਦਾ ਜਿਸਦੀ DP ਇੱਕ ਪੁਲਿਸ ਅਧਿਕਾਰੀ ਦੀ ਲੱਗੀ ਹੈ, ਉਹ ਕਾਲ ਕਰਦਾ ਹੈ ਔਰ ਇੱਕ ਘਰਦਿਆਂ ਨੂੰ ਡਰਾਉਂਦਾ ਹੈ ਵੀ ਤੁਹਾਡਾ ਬੇਟਾ ਫੜ ਹੋ ਗਿਆ, ਤੁਸੀਂ ਇਸ ਫਲਾਣੇ ਅਕਾਊਂਟ 'ਚ ਪੈਸੇ ਪਾਓ। ਪਹਿਲਾਂ ਸਰ ਇਹਦੇ ਬਾਰੇ ਗੱਲ ਕਰਾਂਗੇ ਜੀ। ਦੇਖੋ, ਸਾਈਬਰ ਸਿਕਿਉਰਿਟੀ, ਸਾਈਬਰ ਸੇਫਟੀ ਬਹੁਤ ਜ਼ਰੂਰੀ ਮੁੱਦਾ ਹੈਗਾ ਕਿਉਂਕਿ ਆਪਾਂ ਔਨਲਾਈਨ ਯੁੱਗ 'ਚ ਹੈਗੇ ਜਿੱਥੇ ਇੰਟਰਨੈਟ ਦੀ ਬਹੁਤ ਜ਼ਿਆਦਾ ਵਰਤੋਂ ਲੋਕ ਕਰਦੇ ਹੈਗੇ ਆਪਣੇ ਡੇ ਟੂ ਡੇ ਬੇਸਿਸ 'ਤੇ ਲਾਈਫ 'ਚ, ਅਤੇ ਮੈਂ ਆਹ ਕਹਿ ਸਕਦਾ ਕਿ ਅਵੇਅਰਨੈਸ ਦੇ ਨਾਲ ਅਤੇ ਥੋੜ੍ਹਾ ਸਤਰਕ ਰਹਿ ਕੇ ਸਾਈਬਰ ਠੱਗੀਆਂ ਜਿਹੜੀ ਵੱਜਦੀਆਂ ਹੈਗੀਆਂ ਉਹਨਾਂ ਤੋਂ ਬਿਲਕੁਲ ਬਚਿਆ ਜਾ ਸਕਦਾ ਅਤੇ 100% ਜਿਹੜਾ ਹੈਗਾ ਉੱਤੋਂ ਸੇਫ ਰਹਿ ਸਕਦਾ ਹੈਗਾ ਬੰਦਾ। ਕੁਛ ਬੇਸਿਕ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ, ਜਿੱਦਾਂ ਕਿ ਤੁਸੀਂ ਇੱਕ ਇਗਜ਼ਾਮਪਲ ਦੇ ਕੇ ਦੱਸਿਆ ਕਿ ਇੱਕ ਪੁਲਿਸ ਅਫਸਰ ਦੀ DP ਲਗਾ ਕੇ ਅਤੇ ਉਹਨੇ ਕਾਲ ਕੀਤਾ ਕਿ ਵੀ ਤੁਹਾਡਾ ਬੱਚਾ ਫੜਿਆ ਗਿਆ ਹੈਗਾ ਅਤੇ ਉਹਨਾਂ ਨੂੰ ਜੇਕਰ ਬਚਾਉਣਾ ਹੈਗਾ ਤਾਂ ਤੁਸੀਂ ਇੰਨੇ ਪੈਸੇ ਅਕਾਊਂਟ 'ਚ ਟ੍ਰਾਂਸਫਰ ਕਰਾ ਦਿਓ। ਅਤੇ ਇਸ ਤਰੀਕੇ ਦੇ ਸਿਮਿਲਰ ਪੈਟਰਨ 'ਤੇ ਬਹੁਤ ਸਾਰੇ ਕਾਲਸ ਆਉਂਦੀ ਹੈਗੀ ਜਦੋਂ ਪੇਰੈਂਟਸ ਦੇ ਪੈਨਿਕ ਨੂੰ ਫਾਇਦਾ ਉਠਾ ਕੇ ਉਹ ਤੁਹਾਨੂੰ ਈਵਨ ਫੋਨ ਰੱਖਣ ਨਹੀਂ ਦਿੰਦਾ ਹੈਗਾ, ਤੁਹਾਨੂੰ ਫੋਨ 'ਤੇ ਇੰਗੇਜ ਰੱਖਦਾ ਹੈਗਾ ਅਤੇ ਤੁਹਾਨੂੰ ਫੋਰਸ ਕਰਦਾ ਹੈਗਾ ਫੋਨ ਦੇ ਉੱਤੇ ਹੀ ਕਿ ਜੀ ਤੁਸੀਂ ਖਾਤੇ 'ਤੇ ਪਵਾਓ, ਅਦਰਵਾਈਜ਼ ਉਹਦੀ ਜਾਨ ਜਾ ਸਕਦੀ ਹੈਗੀ, ਉਹਨੂੰ ਇਸ ਅਜਿਹੇ ਕੇਸ 'ਚ ਫਸਾ ਦਿਆਂਗੇ ਜਿੱਥੇ ਉਹ ਬਾਹਰ ਨਹੀਂ ਆਏਗਾ। ਮਤਲਬ ਮਲਟੀਪਲ ਚੀਜ਼ਾਂ, ਉਸ 'ਤੇ ਡਰੱਗਸ ਪਾ ਦਿੱਤਾ ਜਾਵੇਗਾ, ਹੈ ਨਾ, ਉਹਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈਗਾ। ਇਸ ਤਰੀਕੇ ਦੀ ਚੀਜ਼ਾਂ ਜਿਸ ਦੇ ਨਾਲ ਪੇਰੈਂਟਸ ਜਿਹੜਾ ਹੈਗਾ ਖਾਸ ਤੌਰ 'ਤੇ ਮਦਰਸ ਉਹ ਜਿਹੜੇ ਹੈਗੇ ਪੈਨਿਕ ਕਰ ਜਾਂਦੇ ਹੈਗੇ ਅਤੇ ਉਹਨਾਂ ਨੂੰ ਕੁਛ ਸਮਝ ਨਹੀਂ ਆਉਂਦਾ ਅਤੇ ਉਹ ਹੜਬੜੀ 'ਚ ਜਲਦਬਾਜ਼ੀ 'ਚ ਇਸ ਤਰੀਕੇ ਦਾ ਕਦਮ ਉਠਾ ਲੈਂਦੇ ਜਿਹਦੇ 'ਚ ਉਹਨੂੰ ਪੈਸੇ ਟ੍ਰਾਂਸਫਰ ਕਰ ਦਿੰਦੇ ਹੈਗੇ। ਅਤੇ ਇਸ ਤਰੀਕੇ ਦੀ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ। ਕੋਈ ਵੀ ਤੁਹਾਨੂੰ ਕਾਲ ਇਸ ਤਰੀਕੇ ਦਾ ਆਉਂਦਾ ਹੈਗਾ, ਖਾਸ ਤੌਰ 'ਤੇ ਪੁਲਿਸ ਅਫਸਰ ਬਣ ਕੇ ਜਿਹੜਾ ਤੁਹਾਡੇ ਤੋਂ ਕਿਸੇ ਵੀ ਤਰੀਕੇ ਦੀ ਪੈਸੇ ਦੀ ਡਿਮਾਂਡ ਕਰਦਾ ਹੈਗਾ, ਅਤੇ ਪਹਿਲੀ ਗੱਲ ਜੇਕਰ ਕੋਈ ਕਰਦਾ ਹੈਗਾ ਕਿ ਜੀ ਖਾਤਿਆਂ 'ਚ ਪੈਸੇ ਟ੍ਰਾਂਸਫਰ ਕਰਾ ਦਿਓ, ਤਾਂ ਦੈਟ ਇਜ਼ ਮੋਸਟ ਪ੍ਰੋਬੇਬਲੀ ਜਿਹੜਾ ਹੈਗਾ ਉਹ ਫੇਕ ਕਾਲ ਹੈਗਾ, ਤੁਹਾਨੂੰ ਉਹਨੂੰ ਵੈਰੀਫਾਈ ਕਰਨ ਦੀ ਲੋੜ ਹੈਗੀ। ਉਸ ਤੋਂ ਇਲਾਵਾ ਵੀ ਜੇਕਰ ਤੁਹਾਡੇ ਤੋਂ ਕੋਈ ਪੈਸੇ ਡਿਮਾਂਡ ਕਰਦਾ ਹੈਗਾ ਪੁਲਿਸ ਅਫਸਰ ਬਣ ਕੇ, ਤਾਂ ਤੁਸੀਂ ਸਮਝੋ ਕਿ ਉਹ ਪੁਲਿਸ ਅਫਸਰ ਹੋ ਨਹੀਂ ਸਕਦਾ। ਜੇਕਰ ਹੈਗਾ ਤਾਂ ਉਹਦੇ ਖਿਲਾਫ਼ ਕੰਪਲੇਂਟ ਜਿਹੜੀ ਹੈਗੀ ਵਿਜੀਲੈਂਸ 'ਚ ਜਾਂ ਪੁਲਿਸ 'ਚ ਕਰਾਉਣੀ ਚਾਹੀਦੀ। ਇਸ ਕਰਕੇ ਉਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਉਸਦੀ ਰਿਪੋਰਟ ਇਮੀਡੀਏਟਲੀ ਪੁਲਿਸ ਨੂੰ ਕਰਾਉਣੀ ਚਾਹੀਦੀ, ਫੋਨ ਉਹਦਾ ਡਿਸਕਨੈਕਟ ਕਰਕੇ, ਅਤੇ ਫਿਰ ਜਿਹੜੇ ਹੈਗੇ ਆਪਣੇ ਦੋਸਤਾਂ ਮਿੱਤਰਾਂ ਨੂੰ
ਇਮੀਡੀਏਟਲੀ ਇਸ ਬਾਰੇ ਦੱਸਣਾ ਚਾਹੀਦਾ ਸੋ ਦੈਟ ਕਿ ਉਹ ਤੁਹਾਨੂੰ ਪ੍ਰੋਪਰਲੀ ਦੱਸ ਸਕਣ ਕਿ ਆਹ ਚੀਜ਼ ਫੇਕ ਹੈਗੀ। ਸਰ ਇਹ ਤਾਂ ਗੱਲ ਸੀ ਕਿ ਪੁਲਿਸ ਦੀ ਡੀਪੀ ਲਾ ਕੇ ਜਿਹੜੀਆਂ ਕਾਲਸ ਆਉਂਦੀਆਂ ਨੇ, ਸਰ ਕਈ ਬਜ਼ੁਰਗ ਇਸ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਹਨਾਂ ਨੂੰ ਕਿ ਇੱਕ ਨੋਰਮਲੀ ਕਾਲ ਆਉਂਦੀ ਆ ਔਰ ਉਹਨਾਂ ਕੋਲੋਂ ਇੱਕ OTP ਸੈਂਡ ਕਰਕੇ ਮੰਗਿਆ ਜਾਂਦਾ ਹੈ ਸਰ, ਜਦਕਿ ਬੈਂਕ ਅਥਾਰਟੀ ਕਿਸੇ ਕੋਲ OTP ਅਕਾਊਂਟ ਨੰਬਰ ਫੋਨ ਕਰਕੇ ਨਹੀਂ ਮੰਗ ਸਕਦੀ। ਉਹਦੇ ਬਾਰੇ ਸਰ ਲੋਕਾਂ ਨੂੰ ਕੀ ਸੋਚ? ਮੈਂ ਤੁਹਾਨੂੰ ਇੱਕ ਇੱਕ ਲਾਈਨ 'ਚ ਬਹੁਤ ਸਾਰੀ ਮੋਡਸ ਓਪਰੈਂਡਿਸ ਦੱਸ ਦੇਣਾ, ਕਿਉਂਕਿ ਫਿਰ ਤੁਹਾਡਾ ਇੰਟਰਵਿਊ ਲੰਬਾ ਹੋ ਜਾਏਗਾ, ਲੋਕ ਦੇਖ ਨਹੀਂ ਪਾਣਗੇ ਅਤੇ ਉਹ ਅਟੈਂਸ਼ਨ ਨਹੀਂ ਰਹਿ ਪਾਉਂਦਾ ਹੈਗਾ ਲੋਕਾਂ 'ਚ ਕਿ ਕਈ ਤਰੀਕੇ ਦੇ ਸਾਈਬਰ ਫਰੋਡ ਹੈਗੇ, ਜਿਵੇਂ ਕਿ ਤੁਹਾਨੂੰ ਅਨਨੋਨ ਨੰਬਰਾਂ ਤੋਂ, ਖਾਸ ਤੌਰ 'ਤੇ ਬਾਹਰ ਦੇ ਨੰਬਰਾਂ ਤੋਂ ਤੁਹਾਨੂੰ ਫੋਨ ਆ ਜਾਏਗਾ ਜਿੱਥੇ ਤੁਹਾਡੇ ਰਿਸ਼ਤੇਦਾਰ ਜਾਂ ਬੱਚੇ ਕੰਮ ਕਰਦੇ ਹੈਗੇ, ਉਹ ਤੁਹਾਨੂੰ ਕਹਿਣਗੇ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਜਾਂ ਉਹ ਐਮਰਜੈਂਸੀ 'ਚ ਉਹਨੂੰ ਪੈਸੇ ਦੀ ਲੋੜ ਹੈਗੀ, ਜਾਂ ਤੁਹਾਡਾ ਰਿਸ਼ਤੇਦਾਰ ਬਣ ਕੇ ਤੁਹਾਡੇ ਤੋਂ ਕਹੇਗਾ ਉਹਦੀ ਆਵਾਜ਼ ਕੱਢ ਕੇ, ਜਾਂ ਤੁਸੀਂ ਆਲਰੇਡੀ ਰਿਸ਼ਤੇਦਾਰ ਦੀ ਆਵਾਜ਼ ਨਹੀਂ ਪਹਿਚਾਣਦੇ, ਬਾਹਰੋਂ ਬੋਲ ਰਿਹਾ ਹੈਗਾ, ਕਹਿ ਦੇਗਾ ਮੇਰਾ ਗਲਾ ਖਰਾਬ ਹੈਗਾ ਉਹ, ਅਤੇ ਉਹ ਤੁਹਾਡੇ ਤੋਂ ਪੈਸਾ ਦੀ ਐਮਰਜੈਂਸੀ ਦੇ ਆਧਾਰ 'ਤੇ ਡਿਮਾਂਡ ਕਰੇਗਾ। ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜਦੋਂ ਤੱਕ ਕਿ ਤੁਹਾਡੇ ਸਾਹਮਣੇ ਬੰਦਾ ਨਹੀਂ ਬੈਠਾ ਹੈਗਾ। ਮੈਂ ਇੱਕ ਹੀ ਚੀਜ਼ ਕਹਿਣਾ ਚਾਹੂੰਗਾ ਔਨਲਾਈਨ ਠੱਗੀ ਤੋਂ ਬਚਣ ਵਾਸਤੇ ਕਿ ਪੈਸੇ ਦਾ ਲੈਣ ਦੇਣ ਜਿਹੜਾ ਹੈਗਾ ਜਾਂ ਤਾਂ ਆਹਮਣੇ ਸਾਹਮਣੇ ਬੈਠ ਕੇ ਕਰੋ, ਜਾਂ ਜਿਹੜਾ ਹੈਗਾ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰਨਾ ਹੈਗਾ ਅਤੇ ਜਿਹੜੇ ਬੰਦੇ ਨੂੰ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਉਹਨੂੰ ਤੁਸੀਂ ਖੁਦ ਪਰਸਨਲੀ ਜਾਣਦੇ ਹੋ ਅਤੇ ਨੋਰਮਲ ਫੋਨ 'ਤੇ, ਵਟਸਐਪ 'ਤੇ ਨਹੀਂ, ਨੋਰਮਲ ਫੋਨ 'ਤੇ ਉਹਦੇ ਨਾਲ ਗੱਲ ਕਰਕੇ ਆਪਸ 'ਚ ਇੱਕ ਦੂਜੇ ਨੂੰ ਪਛਾਣ ਕੇ ਅਤੇ ਫਿਰ ਇੱਕ ਵਾਰ ਆਹਮਣੇ ਸਾਹਮਣੇ ਆਪਣੇ ਟ੍ਰਾਂਜੈਕਸ਼ਨ ਬਾਰੇ ਗੱਲ ਕਰਕੇ ਫਿਰ ਟ੍ਰਾਂਸਫਰ ਕਰਾਓ। ਇੱਦਾਂ ਕੋਈ ਵੀ ਪੈਸਾ ਟ੍ਰਾਂਸਫਰ ਨਹੀਂ ਕਰਨਾ ਚਾਹੀਦਾ, ਚਾਹੇ ਕੋਈ OTP ਤੁਹਾਨੂੰ ਪੁੱਛ ਲਵੇ, ਚਾਹੇ ਤੁਹਾਨੂੰ ਕੋਈ ਲਿੰਕ ਭੇਜ ਕੇ ਉੱਤੇ ਕਹਿ ਦੇਵੇ ਕਿ ਜੀ ਤੁਸੀਂ ਇੱਥੇ ਕਲਿੱਕ ਕਰ ਦਿਓ, ਤੁਹਾਡਾ ਕ੍ਰੈਡਿਟ ਕਾਰਡ ਬਲੌਕ ਹੋ ਰਿਹਾ ਹੈਗਾ, ਉਹਨੂੰ ਆਪਾਂ ਅਨਬਲੌਕ ਕਰ ਦਿਆਂਗੇ, ਤੁਹਾਡਾ ਬੈਂਕ ਅਕਾਊਂਟ ਖਾਤਾ ਕੱਟਿਆ ਜਾ ਰਿਹਾ ਹੈਗਾ, ਬੰਦ ਕੀਤਾ ਜਾ ਰਿਹਾ ਹੈਗਾ, ਉਹਨੂੰ ਆਪਾਂ ਐਕਟੀਵੇਟ ਕਰ ਦਿਆਂਗੇ, ਤੁਹਾਡਾ ਬਿਜਲੀ ਦਾ ਕਨੈਕਸ਼ਨ ਕੱਟਿਆ ਜਾ ਰਿਹਾ ਹੈਗਾ, ਉਹਨੂੰ ਆਪਾਂ ਐਕਟੀਵੇਟ ਕਰ ਦਿਆਂਗੇ, ਤੁਸੀਂ ਬਿੱਲ ਨਹੀਂ ਪੇ ਕੀਤਾ, ਅਤੇ ਜਾਂ ਕੋਈ ਤੁਹਾਨੂੰ ਬਿੱਲ ਪੇ ਕਰਨ 'ਤੇ ਡਿਸਕਾਊਂਟ ਔਫਰ ਕਰਦਾ, ਮਤਲਬ ਮਲਟੀਪਲ ਸਕੀਮਾਂ ਜਿਹੜੀ ਹੈਗੀ, ਕੋਈ ਵੀ ਚੀਜ਼ ਜਿਹਦੇ ਬਾਰੇ ਤੁਸੀਂ ਨਹੀਂ ਜਾਣਦੇ ਹੋ ਆਹਮਣੇ ਸਾਹਮਣੇ ਖੜ ਕੇ, ਉਹਦੇ ਬਾਰੇ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਉਹ ਸਾਈਬਰ ਠੱਗੀ ਹੋ ਸਕਦੀ ਹੈਗੀ। ਸਾਈਬਰ ਠੱਗੀ ਸਰ ਇੱਕ ਨੋਰਮਲ, ਇੱਕ ਆਮ ਲੋਕ ਅੱਜ ਕੱਲ੍ਹ ਲਗਾਤਾਰ ਇਹਨਾਂ ਕਾਲਸ ਤੋਂ ਡਰਦੇ ਆ, ਇੱਕ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲ ਆਉਂਦੀ ਆ ਔਰ ਸਿੱਧੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਆ, ਉਹਦੇ ਬਾਰੇ ਸਰ ਆਪ ਲੋਕਾਂ ਨੂੰ? ਦੇਖੋ, ਐਕਸਟੋਰਸ਼ਨ ਦੇ ਖਿਲਾਫ ਜਿਹੜੀ ਹੈਗੀ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਪੋਲਿਸੀ ਹੈਗੀ, ਜਿੱਥੇ ਤੁਹਾਨੂੰ ਕੋਈ ਐਕਸਟੋਰਸ਼ਨ ਡਿਮਾਂਡ ਕਰਦਾ ਹੈਗਾ, ਇਮੀਡੀਏਟਲੀ ਪੁਲਿਸ ਨੂੰ ਰੈਸਪੋਂਡ ਕਰਕੇ ਇਮੀਡੀਏਟਲੀ ਦੱਸਿਆ ਜਾਵੇ। ਅਸੀਂ ਹਰ ਐਕਸਟੋਰਸ਼ਨ ਕਾਲ ਨੂੰ ਬੜੀ ਤਰਜੀਹ ਦੇ ਆਧਾਰ 'ਤੇ ਦੇਖਦੇ ਹਾਂ ਅਤੇ ਉਹਨੂੰ ਟਰੇਸ ਕਰਦੇ ਹਾਂ। ਮੈਕਸੀਮਮ ਐਕਸਟੋਰਸ਼ਨ ਕਾਲ ਜਿਹੜੀ ਹੁੰਦੀ ਉਹ ਫੇਕ ਐਕਸਟੋਰਸ਼ਨ ਕਾਲਸ ਹੁੰਦੀ ਹੈਗੀ, ਉਹਨਾਂ ਕੋਲ ਤੁਹਾਡੇ ਫੈਮਿਲੀ ਮੈਂਬਰਸ ਦੀ ਸੋਸ਼ਲ ਮੀਡੀਆ ਰਾਹੀਂ ਕੁਝ ਇਨਫੋਰਮੇਸ਼ਨ ਕਲੈਕਟ ਕੀਤੀ ਹੋਈ ਹੁੰਦੀ ਹੈਗੀ, ਉਹ ਇਨਫੋਰਮੇਸ਼ਨ ਡਿਸਕਲੋਜ਼ ਕਰਕੇ ਤੁਹਾਨੂੰ ਉਹ ਇਨਫਲੂਐਂਸ ਕਰਦੇ ਹੈਗੇ ਕਿ ਉਹਨਾਂ ਕੋਲ ਤੁਹਾਡੀ ਪ੍ਰੋਪਰ ਜਾਣਕਾਰੀ ਹੈਗੀ ਅਤੇ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ। ਇਸ ਕਰਕੇ ਇਮੀਡੀਏਟਲੀ ਪੁਲਿਸ ਨੂੰ ਕਿਸੇ ਵੀ ਐਕਸਟੋਰਸ਼ਨ ਕਾਲ ਬਾਰੇ ਦੱਸਿਆ ਜਾਵੇ। ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ, ਇੱਕ ਐਕਸਟੋਰਸ਼ਨ ਦੇ ਨਾਲ ਇੱਕ ਸੈਕਸਟੋਰਸ਼ਨ ਦੇ ਨਾਮ ਤੋਂ ਵੀ ਚੱਲਦਾ ਹੈਗਾ, ਜਿਹਦੇ ਵਿੱਚ ਕੁਝ ਅਨਨੋਨ ਨੰਬਰਾਂ ਤੋਂ ਵੀਡੀਓ ਕਾਲ ਆਉਂਦੀ ਹੈਗੀ ਵਟਸਐਪ ਦੇ ਰਾਹੀਂ, ਅਤੇ ਉਹ ਵੀਡੀਓ ਕਾਲ ਅਟੈਂਡ ਕਰਕੇ ਫਿਰ ਉਹ ਕੁਝ ਅਸ਼ਲੀਲ ਵੀਡੀਓਜ਼ ਆਪਣੇ ਬਣਾ ਲੈਂਦੇ ਹੈਗੇ ਅਤੇ ਉਹਦੇ ਰਾਹੀਂ ਫਿਰ ਬਲੈਕਮੇਲ ਕਰਦੇ ਹੈਗੇ ਵਿਕਟਿਮ ਨੂੰ ਅਤੇ ਉਸ ਤੋਂ ਪੈਸਾ ਐਕਸਟੋਰਟ ਕਰਦੇ ਹੈਗੇ। ਅਤੇ ਇਸ ਤਰੀਕੇ ਦੀ ਕੋਈ ਵੀ ਅਨਨੋਨ ਵੀਡੀਓ ਕਾਲ ਜੇਕਰ ਆਉਂਦੀ ਹੈਗੀ ਜਿਹਨੂੰ ਤੁਸੀਂ ਜਾਣਦੇ ਨਹੀਂ, ਜਿਹਦੇ ਅਨਨੋਨ ਨੰਬਰਾਂ ਤੋਂ ਕੋਈ ਕਾਲ ਹੈਗੀ, ਤਾਂ ਉਹ ਅਟੈਂਡ ਹੀ ਨਹੀਂ ਕਰਨੀ ਚਾਹੀਦੀ। ਸੋ ਇਹ ਸਨ SSP ਸੁਰਿੰਦਰ ਲਾਂਬਾ ਜਿਨ੍ਹਾਂ ਨੇ ਕਿ ਇੱਕ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਾਈਬਰ ਕ੍ਰਾਈਮ ਨੂੰ ਲੈ ਕੇ ਠੱਗੀ ਦੀ ਕਾਲ ਆਉਂਦੀ ਹੈ ਜਾਂ ਕੋਈ ਫਿਰੌਤੀ ਦੀ ਕਾਲ ਆਉਂਦੀ ਹੈ ਜਿਹੜੀ ਕਿ ਤੁਹਾਨੂੰ ਸ਼ੱਕੀ ਜਾਪਦੀ ਹੈ, ਤਾਂ ਪੁਲਿਸ ਦਾ ਸਹਾਰਾ ਲੈਣਾ ਜ਼ਰੂਰੀ ਹੈ, ਕਿਉਂਕਿ ਪੁਲਿਸ ਇਹਨਾਂ ਹਰ ਕੰਮਾਂ ਦੇ ਵਿੱਚ ਨੋ ਟੋਲਰੇਸ਼ਨ ਪਾਵਰ ਲੈ ਕੇ ਤੁਲੀ ਹੋਈ ਹੈ। ਪੁਲਿਸ ਵੱਲੋਂ ਇਸ ਇਹਨਾਂ ਜਿੰਨੇ ਵੀ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਹਨ ਉਹਨਾਂ ਦੇ ਖਿਲਾਫ਼ ਜਿਹੜਾ ਹੈ ਸਖਤੀ ਨਾਲ ਐਕਸ਼ਨ ਲਿਆ ਜਾਵੇਗਾ, ਅਤੇ ਸਾਈਬਰ ਕ੍ਰਾਈਮ ਤੋਂ ਬਚਣ ਲਈ ਇਹ ਵੀ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਖੁਦ ਵੀ ਸਤਰਕ ਰਹਿਣ ਦੀ ਲੋੜ ਹੈ। ਕੈਮਰਾ ਪਰਸਨ ਕੁਲਦੀਪ ਕੱਕੜ ਦੇ ਨਾਲ ਯੋਗੇਸ਼ ਕੁਮਾਰ, PTC ਨਿਊਜ਼, ਹੁਸ਼ਿਆਰਪੁਰ।